ਅੱਜ ਫੇਰ ਮੈਂ ਪਹੁੰਚਿਆ ਹਾਂ ਬਿਗ ਡੈਡੀ ਮੋਡੀਫਾਇਰ ਜਿਵੇਂ ਪਹਿਲਾਂ ਵੀ ਅੱਗੇ ਅਸੀਂ ਉਹਨੀ ਵੀਡੀਓ ਬਣਾਉਂਦੇ ਰਹਿੰਦੇ ਹਾਂ ਅਤੇ ਅੱਜ ਆਪਣੇ ਸਾਰਿਆਂ ਨਾਲੋਂ ਪਹਿਲਾਂ ਤਾਂ ਬਾਈ ਆਏ ਹੋਏ ਆ ਜਿਨ੍ਹਾਂ ਦੀ ਗੱਡੀ ਹੈ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੋ ਬਾਈ ਆਪ ਹੋ ਕਹਾਂ ਸੇ ਬਤਾਓ ਕਰਨਾਲ ਹਰਿਆਣਾ ਸੇ ਕਰਨਾਲ ਹਰਿਆਣਾ ਸੇ ਠੀਕ ਹੈ ਅਤੇ ਸਤਿ ਸ਼੍ਰੀ ਅਕਾਲ ਅੰਕਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬੇਟਾ ਠੀਕ ਠਾਕ ਹੋ ਅਤੇ ਵੈਸੇ ਬਾਈ ਦੀ ਗੱਡੀ ਹੈ ਆ ਜਾਓ ਸਰ ਆਪ ਵੀ ਇੱਧਰ ਆ ਜਾਓ ਤੋ ਬਾਈ ਨੇ ਥਾਰ ਲਈ ਹੈ ਸਪੈਸ਼ਲੀ ਪਹਿਲਾਂ ਤਾਂ ਬਾਈ ਨੂੰ ਬਹੁਤ ਬਹੁਤ ਵਧਾਈਆਂ ਕਿ ਆਪਣੀ ਮਿਹਨਤ ਦੀ ਗੱਡੀ ਹੈ ਮਤਲਬ ਕਿ ਪਿਓ ਦੇ ਸਿਰ 'ਤੇ ਨਹੀਂ ਗਈ ਆਪਣੀ ਮਿਹਨਤ ਦੀ ਹੈ ਅਤੇ ਸਰ ਆਪਾਂ ਇਹਨੂੰ ਕੀ ਕੀਤਾ ਆਪਾਂ ਉਹ ਦੱਸਾਂਗੇ ਅੱਜ ਅਤੇ ਫਿਲਹਾਲ ਆਪਾਂ ਇਹਨੂੰ ਇੱਥੋਂ ਕੱਢ ਲਈਏ ਮੇਰਾ ਰੱਦਾ ਕਿਉਂਕਿ ਇੱਥੇ ਹਨੇਰਾ ਥੋੜ੍ਹਾ ਜਿਹਾ ਕਿਉਂਕਿ ਵੈਸੇ ਸਾਰੀ ਸਾਰੀ ਬਾਈ ਹੁਣਾਂ ਤਿਆਰ ਕਰਵਾਈ ਹੈ ਤੁਹਾਨੂੰ ਉਹਦੇ ਸਾਰੀ ਸਾਰੀ ਅਸੀਂ ਲੁੱਕ ਦੱਸਾਂਗੇ ਅਤੇ ਮੈਂ ਇਸ ਟਾਈਮ ਖੜ੍ਹਾ ਬਿਗ ਡੈਡੀ ਮੋਡੀਫਾਇਰ ਜਲੰਧਰ ਜਿਹੜੇ ਕਿ ਕਸਟਮਾਈਜੇਸ਼ਨ ਕਰਦੇ ਆ ਹਾਰਡ ਟੋਪ ਲਾਉਂਦੇ ਆ ਸੈਮੀ ਹਾਰਡ ਟੋਪ ਕਿਸੇ ਵੀ ਟਾਈਪ ਤੁਸੀਂ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਅਤੇ ਇਹਨਾਂ ਨੇ ਇੱਕ ਬੜਾ ਹੀ ਸੋਹਣਾ ਮਾਡਲ ਤਿਆਰ ਕੀਤਾ ਹੈ ਥਾਰ ਦੇ ਵਿੱਚ ਕਿ ਵਰਕਸ਼ਾਪ ਹੈ ਹੋਰ ਜਿੱਥੇ ਕਿ ਕੰਮ ਚੱਲਦਾ ਰਹਿੰਦਾ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਾਸਟ 24 ਬਾਰੇ ਜਿੱਥੇ ਕਿ ਤੁਸੀਂ ਆਪਣੀਆਂ ਯੂਜ਼ ਗੱਡੀਆਂ ਸੈਕਿੰਡ ਹੈਂਡ ਗੱਡੀਆਂ ਸੇਲ ਆਊਟ ਕਰ ਸਕਦੇ ਹੋ ਬੜੇ ਈਜ਼ੀ ਵੇ ਨਾਲ ਉਹ ਕੀ ਕਰਦੇ ਨੇ ਤੁਹਾਡੀ ਗੱਡੀ ਦੀ ਪਹਿਲਾਂ ਸਾਰੀ ਸਾਰੀ ਇਨਸਪੈਕਸ਼ਨ ਕਰਦੇ ਨੇ ਫਿਰ ਉਹਨਾਂ ਕੋਲੇ ਬੜੇ ਜ਼ਿਆਦਾ ਚੈਨਲਸ ਅਵੇਲੇਬਲ ਜਿੱਥੇ ਕਿ ਉਹਦੀ ਉਹ ਬੈਟਿੰਗ ਲਗਾਉਂਦੇ ਨੇ ਤੁਹਾਡੀ ਗੱਡੀ ਦੀ ਜਿੱਥੋਂ ਉਹਨਾਂ ਨੂੰ ਬੈਸਟ ਪ੍ਰਾਈਸ ਮਿਲਦਾ ਤੁਸੀਂ ਉੱਥੇ ਆਪਣੀ ਗੱਡੀ ਸੇਲ ਆਊਟ ਕਰ ਸਕਦੇ ਹੋ ਤੇ ਤੁਹਾਨੂੰ ਲੱਗਦਾ ਹੋਊਗਾ ਫਿਰ ਪੈਸੇ ਟ੍ਰਾਂਸਫਰ ਆਰਸੀ ਦਾ ਕੀ ਸਿਸਟਮ ਹੈ ਬਈ ਫ੍ਰੀ ਆਫ ਕਾਸਟ ਉਹ ਤੁਹਾਨੂੰ ਆਰਸੀ ਟ੍ਰਾਂਸਫਰ ਕਰਕੇ ਦਿੰਦੇ ਨੇ ਤੇ ਪੈਸੇ ਵੀ ਤੁਹਾਨੂੰ ਇੰਸਟੈਂਟ ਜੇ ਚਾਹੀਦੇ ਨੇ ਉਸੇ ਵੇਲੇ ਥੋੜੇ ਜਿਹੇ ਪੈਸੇ ਉਹ ਕੱਟ ਕਰਦੇ ਨੇ ਤੇ ਜੇ ਅਦਰਵਾਈਜ਼ ਤੁਹਾਨੂੰ 48 to 72 hours ਦੇ ਵਿੱਚ ਪੈਸੇ ਟ੍ਰਾਂਸਫਰ ਕਰ ਦਿੰਦੇ ਨੇ ਇਹ ਸਾਰਾ ਕੁਝ ਤੁਸੀਂ ਕਿਵੇਂ ਕਰਵਾ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਾਣਾ ਹੈ ਲਿੰਕ ਚੱਕਣਾ ਤੇ ਆਪਣੀ ਅਪਾਇੰਟਮੈਂਟ ਬੁੱਕ ਕਰਾਉਣੀ ਹੈ ਤੇ ਤੁਸੀਂ ਉਹਨਾਂ ਦੇ ਆਲ ਇੰਡੀਆ ਦੇ ਵਿੱਚ ਉਹਨਾਂ ਦੇ ਸਾਰੇ ਸਾਰੇ ਸ਼ੋਰੂਮਸ ਅਵੇਲੇਬਲ ਨੇ ਤੇ ਤੁਸੀਂ ਈਜ਼ੀਲੀ ਆਪਣੀ ਅਪਾਇੰਟਮੈਂਟ ਬੁੱਕ ਕਰਾਓ ਤੇ ਤੁਸੀਂ ਜਾ ਕੇ ਆਪਣੀ ਗੱਡੀ ਦੀ ਇਨਸਪੈਕਸ਼ਨ ਕਰਵਾਓ ਤੇ ਗੱਡੀ ਆਪਣੀ ਸੇਲ ਆਊਟ ਕਰਾਓ ਤੇ ਦੋਸਤੋ ਫਾਈਨਲੀ ਅਸੀਂ ਥੋੜੀ ਜਿਹੀ ਉੱਥੋਂ ਕੱਢ ਕੇ ਤੇ ਇੱਥੇ ਲਾ ਲਈਏ ਗੱਡੀ ਕਿਉਂਕਿ ਉੱਥੇ ਥੋੜਾ ਹਨੇਰਾ ਹੋ ਰਿਹਾ ਸੀ ਤੇ ਸ਼ਾਮ ਨੂੰ ਸ਼ੂਟ ਕਰ ਰਹੇ ਆ ਅੰਕਲ ਸਾਰਿਆਂ ਨਾਲੋਂ ਪਹਿਲਾਂ ਤੇ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਕੀ ਕੀ ਕੀਤਾ ਹੈ ਤੇ ਕੀ ਕਸਟਮਾਈਜੇਸ਼ਨ ਕੀਤੀ ਹੈ ਬੇਟਾ ਰੈਂਗਲਰ ਟਾਈਪ ਹਾਰਡ ਟੌਪ ਕੀਤਾ ਓਕੇ ਪੂਰਾ ਮੂਨਰੂਫ ਲਾਇਆ ਓਕੇ ਅਗਲੀਆਂ ਪਿਛਲੀਆਂ ਲਾਈਟਾਂ ਰੈਂਗਲਰ ਵਾਲੀਆਂ ਲਗਾਈਆਂ ਓਕੇ ਐਚਆਈਡੀ ਲਾਈਟ ਲਗਾਈਆਂ ਓਕੇ ਟਾਇਰ 35 ਇੰਚ ਪਾਏ ਹਨ ਓਕੇ ਠੀਕ 4 ਇੰਚ ਲਿਫਟ ਕੀਤੀ ਹੋਈ ਹੈ ਓਕੇ ਮਨ ਵਾਵਾ ਕੁਝ ਤੁਸੀਂ ਇਹਦੇ ਵਿੱਚ ਕੀਤਾ ਹੈ ਸੀਟਾਂ ਸਾਰੀਆਂ ਚੇਂਜ ਆ ਅਗਲੀਆਂ ਸੀਟਾਂ ਲੋਰਾ ਦੀਆਂ ਓਕੇ ਪਿਛਲੀਆਂ ਇਨੋਵਾ ਦੀਆਂ ਬੇਬੀ ਸੀਟਸ ਲਗਾਈਆਂ ਓਕੇ 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 ਚਲੋ ਮੈਂ ਤੁਹਾਨੂੰ ਪਹਿਲਾਂ ਸਾਨੂੰ ਅੰਕਲ ਨੇ ਦੱਸਤਾ ਵਿੱਚ ਕੀ ਕੀ ਕੀਤਾ ਸਾਰਿਆਂ ਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਬਹੁਤ ਘੱਟ ਗੱਡੀਆਂ ਨੇ ਜਿਨ੍ਹਾਂ ਨੂੰ ਕਿ 35 ਇੰਚ ਲੋਏ ਪੈਂਦਾ ਹੈ ਟਾਇਰ ਪੈਂਦਾ ਵਿਦ ਵੀਲ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਪਹਿਲਾਂ ਤਾਂ ਫਰੰਟ ਤੋਂ ਚੈੱਕ ਕਰ ਸਕਦੇ ਹੋ ਜਿਹੜੀ ਕਿ ਪ੍ਰੋਪਰ ਇੱਕ ਮੌਨਸਟਰ ਵਰਗੀ ਲੁੱਕ ਇਹਦੀ ਬਣ ਜਾਂਦੀ ਹੈ ਜਿਹੜੀ ਕਿ ਬਹੁਤ ਹੀ ਘੱਟ ਲੋਕ ਨੇ ਹੁਣ ਜਿਹੜੀ ਗੱਲ ਕੀਤੀ ਜਾਵੇ ਟਾਇਰ ਦੀ ਇਹ ਮਤਲਬ ਟਾਇਰ ਵੀ ਬੜੇ ਸਪੈਸ਼ਲ ਨੇ ਲਾਈਕ ਆਮ ਲੋਕੀ 33 ਨੰਬਰ ਪਾਉਂਦੇ ਨੇ ਤੇ 35 ਨੰਬਰ ਪਾਇਆ ਹੋਇਆ ਇਹ ਕਿਵੇਂ ਪਾਇਆ ਹੋਇਆ ਵੀ ਤੁਹਾਨੂੰ ਦੱਸਾਂਗੇ ਸਾਰਾ ਕੁਝ ਤੇ ਬਟ ਤੁਸੀਂ ਇਹਦਾ ਹੁਣ ਸਾਰਾ ਕੁਝ ਦੇਖ ਸਕਦੇ ਹੋ ਕਿ ਇਹਦੀ ਸਸਪੈਂਸ਼ਨ ਵਗੈਰਾ ਵੀ ਇਹਨਾਂ ਨੇ ਸਾਰੀ ਚੇਂਜ ਕੀਤੀ ਤੁਹਾਨੂੰ ਉਹ ਵੀ ਦਿਖਾਉਣਾ ਹੈ ਬਟ ਫਰੰਟ ਤੋਂ ਗੱਲ ਕੀਤੀ ਜਾਵੇ ਤੇ ਇਹਦਾ ਸਾਰਾ ਹੀ ਮੈਟਲ ਦਾ ਬੰਪਰ ਬਣਿਆ ਤੁਸੀਂ ਇਹ ਦੇਖ ਸਕਦੇ ਹੋ ਕਿ ਅੱਗੇ ਵੀ ਸਾਰੀਆਂ ਗੱਡੀਆਂ ਨੂੰ ਬਣਦਾ ਤੇ ਨਾਲ ਇਹਦੇ ਇੱਕ ਪ੍ਰੋਪਰ ਇਹਨਾਂ ਨੇ ਉਹਨੂੰ ਡਿਜ਼ਾਈਨ ਦਿੱਤਾ ਹੋਇਆ ਇੱਕ ਐਂਟੀਨਾ ਲਾਇਆ ਹੋਇਆ ਜਿਹੜਾ ਜਸਟ ਇੱਕ ਫਾਰਮੈਲਿਟੀ ਵਾਸਤੇ ਆ ਇਹਦੇ ਵਿੱਚ ਲਾਈਟਸ ਲਾਈਆਂ ਹੋਈਆਂ ਨੇ ਛੋਟੀਆਂ ਨਾਲ ਇਹਦੇ ਨਾਲ ਇੱਕ ਵੱਡੀਆਂ ਹੈੱਡਲਾਈਟਸ ਨੇ ਠੀਕ ਹੈ ਜਿਹੜੀ ਕਿਹਦੀਆਂ ਫਰੰਟ ਲਾਈਟ ਨੇ ਉਹ ਵੀ ਕਸਟਮ ਕੀਤੀਆਂ ਹੋਈਆਂ ਜਿਹੜੀਆਂ ਅੱਜ ਕੱਲ੍ਹ ਲੇਟੈਸਟ ਚੱਲ ਰਹੀਆਂ ਨੇ ਦਿਖਾਉਣਾ ਦੇਖੋ ਪ੍ਰੋਪਰ ਰਿੰਗ ਜਗਦਾ ਇੱਕ ਤੇ ਪਹਿਲਾਂ ਠੀਕ ਹੈ ਫਿਰ ਇਹਦੀ ਆਪਾਂ ਪੂਰੀ ਲਾਈਟ ਵੀ ਜਗਾ ਸਕਦੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਪੂਰੀ ਲਾਈਟ ਇਹਦੀ ਇੱਦਾਂ ਅਤੇ ਇਹ ਮਤਲਬ ਪ੍ਰੋਪਰ ਇਹਦੀ ਲੁੱਕ ਇੱਦਾਂ ਆਉਂਦੀ ਆ ਫਰੰਟ ਤੋਂ ਬੰਦ ਕਰ ਦਿਓ ਬਾਈ ਅਤੇ ਇਹਦੀਆਂ ਲਾਈਟਸ ਨੇ ਇਹਦੀ ਗ੍ਰਿਲ ਵੀ ਚੇਂਜ ਹੈ ਪ੍ਰੋਪਰ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਸਾਰਿਆਂ ਨੂੰ ਪਹਿਲਾਂ ਕਿ ਇਹੜੀ ਗੱਡੀ ਹੈ ਬਾਈ ਇਹ ਓਰੀਜਨਲ ਥਾਰ ਹੈ 2013 ਮਾਡਲ CRD ਇੰਜਨ ਦੇ ਨਾਲ ਜਿਹੜੀ ਕਿ ਇੱਕ ਸਟਾਕ ਆਉਂਦੀ ਹੈ ਨਾਰਮਲ ਜਿਹੜੀ ਕੱਪੜੇ ਵਾਲੀ ਉਹ ਸੀਗੀ ਇਹਨੂੰ ਉਹਨਾਂ ਸਾਰੀ ਨੂੰ ਹਾਰਡ ਟੈਪ ਹਾਰਡ ਟੌਪ ਕਰਤਾ ਅਤੇ ਅਗਲੇ ਬੰਨੇ ਗੱਲ ਕਰੀਏ ਹੁਣ ਕਿ ਇਹਦੀ ਸਾਈਡ ਹੋ ਗਈ ਇਹਦੇ ਟਾਇਰਸ ਆ ਗਏ ਇਹਦੀ ਸਸਪੈਂਸ਼ਨ ਵੀ ਚੇਂਜ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਚੰਗਲ ਵਿੱਚ ਸਸਪੈਂਸ਼ਨ ਕਿਹੜੀ ਪਾਈ ਹੋਈ ਹੈ ਓਲਡ ਮੈਨ ਹੀ ਠੀਕ ਹੈ ਉਹ ਪਾਈ ਹੋਈ ਹੈ ਨਾਲ ਇਹਦੇ ਸਾਈਡ ਤੋਂ ਇਹ ਤੁਹਾਨੂੰ ਇੱਕ ਗੱਲ ਇਹ ਵੀ ਦੇਖਣ ਨੂੰ ਮਿਲਦੀ ਹੋਊਗੀ ਸਾਈਡ ਤੋਂ ਵੀ ਵਾਵਾ ਹਾਈਟ ਚੁੱਚੀ ਹੈ ਅੰਕਲ ਇਹ ਫਿਰ ਲਿਫਟ ਵੀ ਕੀਤੀ ਹੋਈ ਹੈ 4 ਇੰਚ ਲਿਫਟ ਕੀਤੀ ਹੋਈ ਤੁਸੀਂ ਇਹ ਦੇਖ ਸਕਦੇ ਹੋ ਲਿਫਟ ਵੀ ਹੋਈ ਹੋਈ ਹੈ ਪ੍ਰੋਪਰ ਇਹਦੇ ਨਾਲ ਮਤਲਬ ਕਿ ਇਹ ਲਿਫਟ ਵੀ ਹੋ ਜਾਂਦੀਆਂ ਕਿਉਂਕਿ ਇਹ ਟਾਇਰ ਦੇ ਨਾਲ ਜਿਹੜੀ ਆ ਇਹ ਥੱਲੇ ਨਹੀਂ ਸੀ ਚੱਲਣੀ ਲਿਫਟ ਕਰਨੀ ਹੀ ਪੈਣੀ ਸੀ ਇਸ ਕਰਕੇ ਪੂਰੀ ਗੱਡੀ ਲਿਫਟ ਹੋਈ ਹੋਈ ਆ ਜਿਹਦਾ ਕਿ ਕੋਈ ਪੰਗਾ ਨਹੀਂ ਹੁਣ ਅਗਲੇ ਬੰਨੇ ਗੱਲ ਕਰੀਏ ਅਸੀਂ ਹਾਰਡ ਟੌਪ ਦੀ ਇਹ ਮੈਟਲ ਹਾਰਡ ਟੌਪ ਹੈ ਬਾਈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹਦੇ ਨਾਲ ਟਫਨ ਗਲਾਸ ਲੱਗੇ ਹੋਏ ਨੇ ਅਤੇ ਵੱਡੀ ਲਾਈਕ ਪੂਰਾ ਗਲਾਸ ਲਾ ਦੇ ਕਿਉਂਕਿ ਜਿਹੜੀ ਕਸਟਮਰ ਸੀਗੀ ਉਹਨਾਂ ਦੀ ਇਹ ਡਿਮਾਂਡ ਸੀਗੀ ਵੱਡਾ ਸਾਨੂੰ ਗਲਾਸ ਚਾਹੀਦਾ ਦੇਖ ਰਹੇ ਹੋ ਸਾਰਾ ਇਹਦਾ ਪੇਂਟ ਵੀ ਚੇਂਜ ਹੈ ਕਿ ਲਾਈਕ ਇਹਨੂੰ ਪ੍ਰੋਪਰ ਬਲੈਕ ਕੀਤਾ ਗਿਆ ਅੰਕਲ ਇਹਦਾ ਪਹਿਲਾਂ ਪੈਂਟ ਕਿਹੜਾ ਸੀ ਉਦਾਂ ਰੋਕੀ ਅੱਛਾ ਬਾਈ ਤੁਸੀਂ ਦੇਖ ਸਕਦੇ ਹੋ ਮਤਲਬ ਐਵਰੀ ਟਾਈਪ ਆਫ ਕਸਟਮਰ ਚਾਹੀਦੀ ਤੁਹਾਨੂੰ ਕਿਸੇ ਵੀ ਟਾਈਪ ਦੀ ਚਾਹੀਦੀ ਸਾਰੀ ਹੋ ਜਾਂਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਬਿਲਕੁਲ ਹੀ ਨਹੀਂ ਲੱਗੂ
हुण पिछों दी गल कीती जावे तां बैक तों तुसीं इहदी लुक चैक कर सकदे हो, मतलब कि बहुत ही प्यारी लुक है कि लाइक इहदे प्रॉपर पहली गल तां सारी गड्डी ब्लैक है, मतलब कि इहनूं तुसीं कह सकदे हो इच वाइट जां इहनां ने क्रोम वगैरह नहीं ज़्यादा रख्या, सारी सारी ब्लैक है। रेंगुलर वालियां लाइट्स लगियां होईयां ने प्रॉपर, तुसीं देख सकदे हो। पिछों इहदी वेख्या जावे तां इहदे पिछे वी इक टायर हैंग कीता होया जिहड़ा कि वक्खरा जिहदा कि बणाया होया स्टैंड बणिया होया, तुसीं इह देख सकदे इत्थों ईजली इह खुल जांदा। स्टैंड है आपां एक्सेप्टेड क्यों बनाउने आ वैसे मोस्टली इस करके फिर आपां इहनूं वक्खरा ला दिंदे आ। ਇਹ ਵੀ ਬਾਈ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਹਾਡੀ ਗੱਡੀ 'ਤੇ ਲੋਡ ਨਹੀਂ ਜਾਂਦਾ, ਅਤੇ ਇਹ ਵੀ ਪਿਛਲਾ ਬੰਪਰ ਵੀ ਇਹਦਾ ਸਾਰਾ ਬਣਾਇਆ ਹੋਇਆ ਜਿਹੜਾ ਕਿ ਮੈਟਲ 'ਚ ਬਣਿਆ ਹੋਇਆ, ਅਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹਦੇ ਉੱਤੇ, ਨਾਲ ਲਾਈਟਸ ਲੱਗੀਆਂ ਹੋਈਆਂ ਨੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ, ਮਤਲਬ ਕਿ ਬਹੁਤ ਹੀ ਸੋਹਣੀ ਲੁੱਕ ਹੈ ਪਿੱਛੋਂ। ਇਹਦੇ ਵਿੱਚ ਇੱਕ ਬੈਕ ਕੈਮਰਾ ਵੀ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ, ਅਤੇ ਇਹ ਇੱਥੋਂ ਈਜ਼ਲੀ ਖੁੱਲ੍ਹ ਜਾਂਦਾ ਜੇ ਕੱਲ੍ਹ ਨੂੰ ਤੁਸੀਂ ਮੰਨ ਲਓ ਆਪਣੀ ਡਿੱਗੀ ਖੋਲ੍ਹਣੀ ਹੈ ਜਾਂ ਕੁਛ ਵੀ ਖੋਲ੍ਹਣਾ, ਅਤੇ ਇੱਥੋਂ ਮਤਲਬ ਪ੍ਰੋਪਰ ਇਹ ਖੁੱਲ੍ਹ ਜਾਂਦਾ, ਫਿਰ ਤੁਸੀਂ ਆਪਾਂ ਇਹਨੂੰ ਅਲੱਗ ਖੋਲ੍ਹ ਸਕਦੇ ਹਾਂ ਬਾਈ। ਠੀਕ ਹੈ, ਲੋਕ ਲੱਗਾ ਅੰਦਰੋਂ ਦਾ ਲੋਕ ਲਾਇਆ, ਤੁਹਾਨੂੰ ਬਾਅਦ ਦਿਖਾ ਦਿੰਦੇ ਬਾਈ ਉਹ ਚੀਜ਼। ਅਤੇ ਇਹ ਮਤਲਬ ਸਾਰਾ ਸਾਰਾ ਜਿਹੜਾ ਵੇਟ ਹੈ ਇਹ ਇਸ ਚੀਜ਼ 'ਤੇ ਰਹਿ ਜਾਂਦਾ, ਚੈਸੀ ਦੇ ਉੱਤੇ ਰਹਿ ਜਾਂਦਾ ਨਾ ਕਿ ਸ਼ੈਲ 'ਤੇ ਜਾਂਦਾ, ਇਹ ਬੜੀ ਵਧੀਆ ਚੀਜ਼ ਹੈ ਵੀ, ਅਤੇ ਹੋਰ ਗੱਡੀਆਂ ਨੂੰ ਵੀ ਲਾਉਂਦੇ ਰਹਿੰਦੇ ਨੇ। ਹੁਣ ਆਪਾਂ ਗੱਲ ਕਰੀਏ ਇਧਰੋਂ ਸਾਈਡ ਤੋਂ, ਤੁਸੀਂ ਇੱਧਰੋਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ ਸਾਰੀ, ਅਤੇ ਇਹਦੀ ਬੈਕ ਤੋਂ ਤੁਸੀਂ ਟਾਇਰਾਂ ਦੀ ਲੁੱਕ ਚੈੱਕ ਕਰ ਸਕਦੇ ਹੋ, ਕੋਈ ਜ਼ਿਆਦਾ ਬਾਹਰ ਨਹੀਂ ਆਉਂਦੇ, ਨੋਰਮਲੀ ਟਾਇਰ ਜਿਹੜੇ ਨੇ ਉਹ ਸਿਰਫ 2 ਇੰਚੀ 3 ਇੰਚੀ ਬਾਹਰ ਰਹਿੰਦੇ ਨੇ, ਇੰਨੇ ਕੁ ਸੋਹਣੇ ਵੀ ਲੱਗਦੇ ਆ ਮੈਂ ਮੰਨਦਾ। ਫਿਰ ਇੱਧਰੋਂ ਵੇਖਿਆ ਜਾਵੇ ਸਾਰੀ ਸਾਰੀ ਗੱਡੀ ਸੇਮ ਤੁਸੀਂ ਦੇਖ ਸਕਦੇ ਹੋ, ਥੋੜ੍ਹੀ ਉੱਚੀ ਵੀ ਲੱਗ ਰਹੀ ਹੈ। ਅਤੇ ਅੰਕਲ ਮੈਨੂੰ ਇੱਕ ਗੱਲ ਦੱਸਿਓ ਵੀ ਮੋਸਟਲੀ ਆਪਾਂ ਗੱਡੀ ਕਿੰਨੀ ਕੁ ਅਪਲਿਫਟ ਕਰਦੇ ਹਾਂ, 2 ਇੰਚ ਕਰਦੇ ਹਾਂ, 4 ਹੀ ਚੱਲਦੇ ਹਾਂ, 3 ਇੰਚ ਕਰੀਦੀ, 3 ਇੰਚ ਕਰੀਦੀ ਹੈ, ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿ ਲਾਈਕ ਗੱਡੀ ਡੋਲਦੀ ਜਾਂ ਕੁਛ? ਲਾਈਫ ਲੌਂਗ ਗਰੰਟੀ ਹੈ, ਲਾਈਫ ਟਾਈਮ। ਠੀਕ ਹੈ, ਮਤਲਬ ਕੋਈ ਵੀ ਗੱਡੀ ਵੈਸੇ ਅਪਲਿਫਟ ਹੋ ਜਾਂਦੀ ਹੈ? ਥਾਰ ਕੋਈ ਵੀ ਹੋ, ਥਾਰ ਕੋਈ ਵੀ ਹੋ। ਠੀਕ ਹੈ, ਠੀਕ ਹੈ। ਹੁਣ ਬਈ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਇਹਨੂੰ ਸਾਰਿਆਂ ਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਆਟੋ ਇਹਦੀ ਚਾਬੀ ਵੀ ਬਾਈ ਉਹਨਾਂ ਨੇ ਨਵੀਂ ਬਣਾਈ ਹੈ, ਲੇਟੈਸਟ ਜਿਹੜੀਆਂ ਚਾਬੀਆਂ ਚੱਲ ਜਾਂਦੀਆਂ ਉਹ ਨੇ, ਹਨਾ, ਲਿਫਟ ਟਾਈਪ ਹੈ ਸਾਰੀ ਬਾਈ, ਤੁਸੀਂ ਦੇਖ ਸਕਦੇ ਹੋ ਉੱਥੇ ਪ੍ਰੋਪਰ ਇਹ ਖੁੱਲ੍ਹ ਜਾਂਦੀ ਹੈ, ਨਵਾਂ ਅੱਜ ਕੱਲ੍ਹ ਡਿਜ਼ਾਈਨ ਹੈ, ਮਤਲਬ ਸਾਰਾ ਕੁਛ ਚੱਲਦਾ, ਕੋਈ ਪੁਰਾਣੀ ਚਾਬੀ ਨੋਰਮਲ ਹੁੰਦੀ ਹੈ। ਅਤੇ ਇਹਦੇ ਵਿੱਚ ਸੈਂਟਰ ਲੋਕਿੰਗ ਵਗੈਰਾ ਵੀ ਅੰਕਲ ਕੀਤੀ ਹੈ? ਸੈਂਟਰ ਲੋਕਿੰਗ, ਪਾਵਰ ਵਿੰਡੋ ਦੋਨੇ, ਅਤੇ ਦੋਵੇਂ ਕੀਤੇ ਆ। ਠੀਕ ਹੈ ਬਾਈ, ਇਹ ਦੇਖ ਸਕਦੇ ਹੋ ਤੁਸੀਂ, ਫਿਰ ਇੱਥੋਂ ਇਹ ਅਨਲੋਕ ਹੋ ਜਾਂਦੀ ਹੈ ਪੂਰੀ ਦੀ ਪੂਰੀ, ਅਤੇ ਚਾਬੀ ਤੋਂ ਹੀ, ਅਤੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਅੱਛਾ ਡੈਸ਼ਬੋਰਡ ਵੀ ਚੇਂਜ ਹੈ। ਹੁਣ ਬਾਈ ਪਹਿਲਾਂ ਤੁਹਾਨੂੰ ਅੰਦਰ ਦੀ ਗੱਲ ਕਰਾਂ, ਤਾਂ ਬਹੁਤ ਹੀ ਵਧੀਆ ਇੰਟੀਰੀਅਰ ਇਹਦਾ ਬਣਿਆ ਹੋਇਆ ਗੱਡੀ ਦਾ, ਕਿਉਂਕਿ ਬਹੁਤ ਸਪੈਸ਼ਲ ਹੈ, ਅੰਦਰੋਂ ਵੀ ਪੂਰੀ ਬਲੈਕ ਕੀਤੀ ਹੋਈ ਆ ਜਿਹਨੂੰ ਕਹਿ ਸਕਦੇ ਹੋ। ਇਹਦੇ 'ਤੇ ਪਹਿਲੀ ਤਾਂ ਗੱਲ ਹੈ ਕਿ ਬਾਈ ਸ਼ੀਸ਼ੇ ਦੇ ਮਤਲਬ ਕਿ ਪਾਵਰ ਵਿੰਡੋ ਕੀਤੇ ਹੋਏ ਆ, ਜਿਹੜੇ ਕਿ ਮਤਲਬ ਇਹਦੇ 'ਚ ਆਉਂਦੇ ਨਹੀਂ ਪਿੱਛੋਂ, ਉਹ ਵੀ ਇਹਨਾਂ ਨੇ ਕੀਤੇ ਹੋਏ ਇਹਦੇ, ਅਤੇ ਬਾਕੀ ਇਹਦੇ ਸਪੀਕਰ ਲੱਗੇ ਹੋਏ ਆ ਨੋਰਮਲ, ਅਤੇ ਇਹ ਸਾਰਾ ਮੇਰੇ ਕੀਤੀ ਹੋਈ ਆ। ਸੀਟਾਂ ਜਿਹੜੀਆਂ ਨੇ ਇਹਦੇ ਵਿੱਚ, ਅਗਲੇ 'ਚ ਸੀਟਾਂ ਕਿਹੜੀ ਗੱਡੀ 'ਤੇ ਲਾਈਆਂ ਤੁਸੀਂ? ਹੋਡਾ ਲੋਰਾ ਦੀਆਂ ਆ ਗਈਆਂ। ਅੱਛਾ, ਪਿਛਲੀਆਂ ਨੋਵਾ ਦੀਆਂ। ਬਾਈ ਹੁਣ ਮੈਂ ਗੱਲ ਕਰਾਂ ਦੇ ਅੰਦਰ 'ਚ ਚੱਲੀਏ ਗੱਡੀ ਦੇ, ਅੰਦਰ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਅੰਦਰੋਂ ਵੀ ਸਾਰੀ ਸਾਰੀ ਜੈੱਡ ਬਲੈਕ ਹੈ। ਮੇਨ ਗੱਲ ਤੁਹਾਨੂੰ ਦਿਖਾਉਣਾ ਜਿਹੜੀ ਕਿ ਤੁਸੀਂ ਵੀ ਬਹੁਤ ਸ਼ੌਕ ਹੋ ਕੇ, ਸਾਰੀ ਗੱਡੀ ਜਿਹੜੀ ਹੈ ਇਹ ਮੂਨ ਰੂਫ ਲੱਗੀ ਹੋਈ ਹੈ ਸਾਰੀ ਸਾਰੀ ਗੱਡੀ ਦੇ ਵਿੱਚ, ਕਿ ਮਤਲਬ ਤੁਸੀਂ ਦੇਖ ਸਕਦੇ ਹੋ ਉੱਪਰ ਦਾ ਵਿਊ ਕਿੱਡਾ ਜ਼ਬਰਦਸਤ ਹੈ, ਕਿ ਤੁਹਾਨੂੰ ਕਿੱਡੀ ਜ਼ਬਰਦਸਤ ਫੀਲਿੰਗ ਆਊਗੀ ਇਸ ਚੀਜ਼ ਦੇ ਨਾਲ। ਫਿਰ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਡੈਸ਼ਬੋਰਡ ਜਿਹੜਾ ਉਹ ਵੀ ਸਾਰਾ ਸਾਰਾ ਚੇਂਜ ਕੀਤਾ ਹੋਇਆ, ਠੀਕ ਹੈ, ਅਤੇ ਇਹਨੂੰ ਲਾਈਕ ਬਲੈਕ ਪੂਰਾ ਆਪਾਂ ਇਹਨੂੰ ਅੰਕਲ ਪੇਂਟ ਕਰ ਦਿੰਦੇ ਜਾਂ ਕੀ ਹੁੰਦਾ? ਪੇਂਟ ਕੀਤਾ ਹੋਇਆ, ਇਹ ਵੀ ਸਾਰਾ ਸਾਰਾ ਪੇਂਟ ਕੀਤਾ ਹੋਇਆ। ਫਿਰ ਅਗਲੇ ਬੰਨੇ ਗੱਲ ਕੀਤੀ ਜਾਵੇ ਸੀਟਾਂ ਦੀ, ਲੋਰਾ ਦੀਆਂ ਅੰਦਰ ਸੀਟਾਂ ਲੱਗੀਆਂ ਹੋਈਆਂ ਨੇ, ਪਿਛਲੀਆਂ ਸੀਟਾਂ ਜਿਹੜੀਆਂ ਤੁਸੀਂ ਉਹ ਵੀ ਦੇਖ ਸਕਦੇ ਹੋ, ਇਹਦੀਆਂ ਸੋਫੇ ਲੱਗੇ ਹੋਏ ਆ, ਅਤੇ ਸਾਈਡ 'ਤੇ ਆਮ ਰੈਸਟ ਵਗੈਰਾ ਸਾਰਾ ਕੁਛ ਦਿੱਤਾ ਹੋਇਆ, ਅਤੇ ਪ੍ਰੋਪਰ ਇਹਦਾ ਵਿਊ ਤੁਸੀਂ ਗੱਡੀ ਦਾ ਚੈੱਕ ਕਰ ਸਕਦੇ ਹੋ। ਅਤੇ ਅਗਲੇ ਬੰਨੇ ਗੱਲ ਕੀਤੀ ਜਾਵੇ ਹੁਣ ਪਲੇਅਰ ਦੀ, ਇਹਦੇ ਵਿੱਚ JVC ਦਾ ਪਲੇਅਰ ਲੱਗਿਆ ਹੋਇਆ, ਤਾਂ ਸਪੀਕਰ ਵਗੈਰਾ ਕਿਹੜੇ ਕਿਹੜੇ ਲਾਈਨ ਦੇ ਸਪੀਕਰ ਹੈ? ਓਕੇ, ਇੱਕ 4-ਚੈਨਲ ਐਂਪ ਲੱਗਿਆ ਹੋਇਆ, ਮੋਨੋ, ਅੱਛਾ, ਮਤਲਬ ਪ੍ਰੋਪਰ ਸਾਰਾ ਸੈਟਅਪ ਲਾਇਆ ਹੋਇਆ ਬਾਈ, ਤੁਸੀਂ ਦੇਖ ਸਕਦੇ ਹੋ ਲਾਈਕ ਅਲਪਾਈਨ ਦੇ ਸਪੀਕਰ ਵਗੈਰਾ ਵੀ ਇਹਨਾਂ ਨੇ ਇੱਥੇ ਦੇ ਦਿੱਤੇ ਸਾਈਡ 'ਤੇ, ਮੈਂ ਅੱਗੇ ਦੱਸਿਆ ਵੀ ਸੀਗਾ, ਬਾਕੀ ਪਿੱਛੇ ਡਿੱਗੀ ਜੇ ਪਏ ਆਈ ਥਿੰਕ, ਹੈ ਨਾ, ਤੁਹਾਨੂੰ ਉਹ ਦਿਖਾਉਂਦੇ ਹਾਂ। ਇਹ ਮੇਰਾ ਐਂਡਰੋਇਡ ਪਲੇਅਰ ਹੈ ਬਾਈ ਪ੍ਰੋਪਰ, ਜਿਹੜਾ ਕਿ ਲਾਈਕ ਅੱਜ ਕੱਲ੍ਹ ਲੇਟੈਸਟ ਚੱਲਦੇ ਨੇ, ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਤੁਸੀਂ ਇਹ 'ਚ ਯੂਜ਼ ਕਰ ਸਕਦੇ ਹੋ, ਜੋ ਆਉਂਦਾ ਆਪਣਾ ਫੋਨ ਵਗੈਰਾ ਸਾਰੀਆਂ ਫੈਸਿਲਿਟੀਆਂ ਦੇ ਵਿੱਚ ਉਹ ਹੈਗੀਆਂ, ਤਾਂ ਉਸੇ ਹੀ ਸੈਟਿੰਗ ਦੇ ਵਿੱਚ ਲਾਇਆ ਹੋਇਆ, ਕੁਛ ਐਕਸਟਰਾ ਨਹੀਂ ਕੀਤਾ ਇਹਦੇ ਵਿੱਚ ਕਿ ਲਾਈਕ ਕਟਿੰਗ ਵਟਿੰਗ ਨਹੀਂ ਕੀਤੀ ਹੋਈ। ਬਾਕੀ ਤੁਸੀਂ ਥੱਲਿਓਂ ਚੈੱਕ ਕਰ ਸਕਦੇ ਹੋ ਸਾਰੀ ਗੱਡੀ ਨੂੰ, ਸਾਰੀ ਇਹਦੀ ਮੈਟਿੰਗ ਹੋਈ ਹੋਈ ਹੈ ਜਿਹੜੀ ਕਿ 70 ਵੀ ਤੁਸੀਂ ਕਹਿ ਸਕਦੇ ਹੋ। ਇਹ ਪ੍ਰੋਪਰ ਡਿਜ਼ਾਈਨ ਜਿਹੜਾ ਹੈ ਕਿ ਇਹ ਸਾਈਡ ਵਾਲਾ ਹੀ ਨਾਲ ਰੱਖਿਆ ਗਿਆ, ਕਿ ਮਤਲਬ ਲਾਈਕ ਉਹ ਸੇਮ ਡਿਜ਼ਾਈਨ ਇਹਨਾਂ ਨੇ ਯੂਜ਼ ਕੀਤਾ, ਕਿਉਂਕਿ ਕਸਟਮਰ ਨੂੰ ਉਹੀ ਚਾਹੀਦਾ ਸੀ। ਹੁਣ ਜੇ ਆਪਾਂ ਬਾਹਰੋਂ ਗੱਲ ਕੀਤੀ ਜਾਵੇ ਬਾਈ, ਇਹ ਬਹੁਤ ਉੱਚੀ ਹੈ ਵੈਸੇ, ਜਿਹੜਾ ਲੱਗਿਆ ਥੋੜ੍ਹਾ ਜਿਹਾ ਹੁੰਦਾ ਹੈ, ਇਹ ਮੈਟਲ ਹਾਰਡ ਟੋਪ ਹੈ ਬਾਈ ਪ੍ਰੋਪਰ, ਉਤਲੇ ਬਣੇ ਉਹ ਤੁਹਾਨੂੰ ਰੂਫ ਵੀ ਇਹਦਾ ਦਿਖਾ ਦਿੰਦਾ ਕਿ ਤੁਸੀਂ ਦੇਖ ਸਕਦੇ ਹੋ ਪੂਰਾ ਦਾ ਪੂਰਾ ਗਲਾਸ ਲੱਗਿਆ ਹੋਇਆ। ਅੰਕਲ ਮੈਨੂੰ ਹੁਣ ਇਹ ਦੱਸਿਓ ਕਿ ਲਾਈਕ ਜਿਵੇਂ ਇਹਦਾ ਹਾਰਡ ਟੋਪ, ਅਸੀਂ ਅੱਗੇ ਵੀ ਏਸੀ ਦੇ ਵੈਸੇ ਵੀਡੀਓਜ਼ ਪਾਉਂਦੇ ਰਹਿੰਦੇ, ਪਰ ਹੁਣ ਮੇਰੇ ਨਾਲ ਕਾਫੀ ਟਾਈਮ ਬਾਅਦ ਏਸੀ ਦਾ ਪਾ ਰਿਹਾ, ਜਿਹੜਾ ਹਾਰਡ ਟੋਪ ਮੈਟਲ ਤੁਸੀਂ ਕਰਦੇ ਹੋ, ਉਹਦੀ ਕੀ ਗਰੰਟੀ ਵਰੰਟੀ ਹੁੰਦੀ, ਕਿਹੜੀ ਚਾਦਰ ਯੂਜ਼ ਕਰਦੇ ਹੋ, ਕੀ ਸਿਸਟਮ ਹੈ? ਇਹ ਸਾਰਾ
ਉਹਦੀ 5 ਸਾਲ ਦੀ ਗਾਰੰਟੀ ਹੈ ਸਾਡੀ ਪੂਰੀ ਰਹਿੰਦੀ ਹੈ ਠੀਕ ਹੈ ਤੇ ਯਾਨੀ ਕਿੰਨੇ ਕਿ ਤੋਂ ਸ਼ੁਰੂ ਹੋਣ ਲਾਈਕ ਮੰਨ ਲਓ ਇੱਕ ਤੇ ਗੱਲ ਮੈਨੂੰ ਮੋਟੀ ਮੋਟੀ ਪਹਿਲਾਂ ਇਹ ਦੱਸ ਦਿਓ ਵੀ ਜਿਹੜੀ ਗੱਡੀ ਹੈ ਇਹ ਕਿੰਨੇ ਪੈਸਿਆਂ 'ਚ ਪ੍ਰੋਪਰ ਇਦਾਂ ਦੀ ਤਿਆਰ ਹੋ ਗਈ ਲੋਕੇ ਨੂੰ ਆਈਡੀਆ ਇੱਕ ਦੇ ਦਿਓ ਕਿਉਂਕਿ ਪ੍ਰੋਪਰ ਜਿਹੜੇ 6 ਲੱਖ ਰੁਪਏ ਦੇ ਆਸ-ਪਾਸ 6 ਲੱਖ ਰੁਪਏ ਦੇ ਆਸ-ਪਾਸ ਕਿਉਂਕਿ ਬਾਕੀ ਰੇਟ ਬਈ ਉੱਪਰ ਥੱਲੇ ਹੁੰਦੇ ਰਹਿੰਦੇ ਇਸ ਕਰਕੇ ਐਗਜ਼ੈਕਟ ਨਹੀਂ ਦੱਸਿਆ ਜਾ ਸਕਦਾ ਹੁਣ ਅਗਲੇ ਦੱਸਿਓ ਕਿ ਜਿਵੇਂ ਇਹਦਾ ਹਾਰਡ ਟੌਪ ਹੈ ਕਿੰਨੇ ਕਿ ਤੋਂ ਸ਼ੁਰੂ ਹੋ ਜਾਂਦੇ ਆ ਮੈਟਲ ਵਾਲੇ ਜਿਹੜਾ ਰੈਗੂਲਰ ਮਾਡਲ ਆ ਉਹ 1 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦਾ ਠੀਕ ਉਹਦੇ ਵਿੱਚ ਕੀ ਕੀ ਦਿੰਨੇ ਆਪਾਂ ਵੈਸੇ ਉਹਦੇ ਵਿੱਚ ਅੰਦਰ ਪੂਰਾ ਇੰਟੀਰੀਅਰ ਦਿੰਨੇ ਆ ਓਕੇ ਸੀਟ ਸੀਟ ਕਵਰਸ ਅੱਛਾ ਸੀਟ ਕਵਰ ਸੀਟਿੰਗ ਆਲ 3 ਵਾਲਸ ਰੂਫ ਓਕੇ ਤੇ ਜਿਹੜਾ ਇਹ ਚ ਗਲਾਸ ਲੱਗਿਆ ਵਿਦ ਗਲਾਸ ਕਿ ਗਲਾਸ ਦੀ ਕ੍ਰਾਸਿੰਗ ਐਕਸਟਰਾ ਵਿਦ ਗਲਾਸ ਵਿਦ ਜੇ ਕਿਨੇ ਗਲਾਸ ਲਾਉਣਾ ਹੋ ਲਵਾਰੇ ਨਹੀਂ ਲਾਉਣਾ ਤਾਂ ਨਾਰਮਲ ਹੋਏ ਠੀਕ ਹੈ ਭਾਈ ਤੁਸੀਂ ਉਹਨੂੰ ਇਹ ਕਲੀਅਰ ਹੋ ਗਿਆ ਹੋਊਗਾ ਜਿਹੜਾ ਮੂਨ ਰੂਫ ਹੈ ਉਹਦੇ ਪੈਸੇ ਐਕਸਟਰਾ ਅੱਛਾ ਮੂਨ ਰੂਫ ਦੇ ਐਕਸਟਰਾ ਨੇ ਉਹ ਕਿੰਨੇ ਕ ਪੈਂਦੇ ਨੇ ਵੈਸੇ 30000 ਫੁੱਲ ਫੁੱਲ ਮੂਨ ਰੂਫ ਲਾਉਣਾ ਤੇ ਜੇ ਅੰਕਲ ਕਿਸੇ ਨਾਲ ਮੰਨ ਲਓ ਕਿਸੇ ਕੱਲੇ ਬੰਮ ਗਰਾਡ ਬਣਾਉਣ ਵਾਲ ਬੰਪਰ ਬਣਾਉਣੇ ਨੇ ਅਗਲੇ ਪਿਛਲੇ ਉਹ ਕਿੰਨੇ ਕ ਜਵਣ ਜਾਂਦੇ ਅੰਦਾਜ਼ਾ 25000 25000 ਦੇ ਵਿੱਚ ਤੇ ਹੁਣ ਜਿੱਦਾਂ ਇਹ ਕਿਸੇ ਨੇ ਗੱਡੀ ਤੁਸੀਂ ਇਹ ਸਾਰੀ ਤਿਆਰ ਕੀਤੀ ਹੈ ਇਹ ਤੁਹਾਨੂੰ ਕਿੰਨਾ ਟਾਈਮ ਲੱਗਿਆ ਇਹਨੂੰ ਤੁਸੀਂ ਕਿੰਨੇ ਚਿਰ ਤਿਆਰ ਕਰਤੀ ਹੈ ਵੈਸੇ ਤਾਂ 1 ਮਹੀਨੇ ਦਾ ਪ੍ਰੋਜੈਕਟ ਸੀਗਾ ਲੇਕਿਨ ਥੋੜੇ ਜਿਹਾ 10 ਕੁ ਦਿਨ ਫਾਲਤੂ ਲੱਗ ਗਏ ਕਿਉਂਕਿ ਲੋਕਡਾਊਨ ਦੀ ਵਜ੍ਹਾ ਕਰਕੇ ਪੂਰਾ ਵਰਕਿੰਗ ਜਿਹੜੀ ਸੀਗੀ ਉਹ ਟਾਈਮ ਤੇ ਨਹੀਂ ਹੋ ਸਕੀ ਨਹੀਂ ਹੋ ਸਕੀ ਹਾਂ ਇਹ ਤਾਂ ਚਲੋ ਸਾਰਿਆਂ ਦਾ ਇਸ਼ੂ ਚੱਲ ਰਿਹਾ ਕੋਈ ਸਮਾਨ ਨਹੀਂ ਮਿਲ ਰਿਹਾ ਕਿਤੇ ਕੋਈ ਇਸ਼ੂ ਹੋ ਰਿਹਾ ਉਹ ਚੀਜ਼ ਹੈ ਤੇ ਬਾਕੀ ਜਿੱਦਾਂ ਕਹਿੰਦੇ ਸਸਪੈਂਸ਼ਨ ਚੇਂਜ ਕਰਨੀ ਹੈ ਉਹਦਾ ਕਿੰਨਾ ਖਰਚਾ ਲੱਗਦਾ ਸਸਪੈਂਸ਼ਨ ਓਲਡ ਮੈਨ ਦੀ ਤਕਰੀਬਨ 27000 ਰੁਪਏ 27 ਦੀ ਤੇ ਇਹਦੀ ਅਜੀ ਕਿੱਟਾਂ ਜਿਹੜੀਆਂ ਅਪਲਿਫਟ ਵਾਲੀਆਂ ਉਹ ਵੀ ਨਾਰਮਲ ਹੀ ਨੇ ਹਾਂ ਤੇ ਉਹਨੂੰ ਕਿੰਨਾ ਟਾਈਮ ਲੱਗਦਾ ਕਿਸੇ ਨੂੰ ਲਿਫਟ ਕਰਾਉਣੀ ਹੋਵੇ ਕੱਲੀ 1 ਦਿਨ ਚ ਹੋ ਜਾਂਦਾ 1 ਦਿਨ ਚ ਹੋ ਜਾਂਦੀ ਆ ਤੇ ਬਾਕੀ ਭਾਈ ਇਹ ਸਾਰੀ ਸਾਰੀ ਗੱਡੀ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਬਹੁਤ ਹੀ ਸੋਹਣੀ ਮੈਨੂੰ ਵੀ ਬੜੀ ਪਿਆਰੀ ਲੁੱਕ ਲੱਗੀ ਹੈ ਇਹਦੀ ਸਾਈਡ ਦੇ ਉੱਤੋਂ ਤੇ ਬ੍ਰਦਰ ਨੂੰ ਪੁੱਛਦੇ ਆ ਜਿੰਨਾਂ ਦੀ ਗੱਡੀ ਆ ਹੁਣ ਭਾਈ ਸਾਨੂੰ ਇਹ ਦੱਸੋ ਪਹਿਲਾਂ ਵੀ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਕਿ ਤੁਸੀਂ ਛੱਡ ਕੇ ਗਏ ਸੀ ਉਦੋਂ ਕਿਦਾਂ ਦੀ ਸੀ ਤੇ ਹੁਣ ਕਿਵੇਂ ਲੱਗਦੀ ਹੈ ਮਤਲਬ ਜੋ ਐਕਸਪੈਕਟੇਸ਼ਨ ਸੀ ਜਿਸ ਐਕਸਪੈਕਟੇਸ਼ਨ ਕੇ ਸਾਥ ਛੋੜ ਕੇ ਗਏ ਤੇ ਮਤਲਬ YouTube ਤੇ ਕਾਫੀ ਸਰਚ ਕੀਤਾ ਕਿ ਕੌਨ ਸਾ ਸਬਸੇ ਬੈਸਟ ਮਿਲ ਸਕਦਾ ਹੈ ਮੋਡੀਫਾਇਰ ਤੋ ਆਪਕੇ ਵੀ ਬਲੌਗ ਦੇਖੇ ਤੋ ਹਰ ਜਗ੍ਹਾ ਮਤਲਬ ਇਹ ਤਾਂ ਕਿ ਬਿਗ ਡੈਡੀ ਮੋਡੀਫਾਇਰ ਸਭ ਤੋਂ ਬੈਸਟ ਹੈ ਪੰਜਾਬ ਮੇਂ ਤੋ ਉਨਸੇ ਕਰਾਤੇ ਹੈ ਤੋ ਇਨਕੇ ਪਾਸ ਆਏ ਟ੍ਰਸਟ ਕੀਤਾ ਤੋ ਜਿਤਨੀ ਐਕਸਪੈਕਟੇਸ਼ਨ ਸੀ ਉਸਸੇ ਕਾਫੀ ਉੱਪਰ ਕੰਮ ਹੋਇਆ ਮਤਲਬ ਉਸਸੇ ਕਾਫੀ ਮਤਲਬ ਆਪ ਸੈਟੀਸਫਾਈਡ ਹੋ ਪ੍ਰੋਪਰ ਤੋ ਟਾਈਮ ਵਗੈਰਾ ਕੋਈ ਇਸ਼ੂ ਤੋ ਨਹੀਂ ਲਗਾ ਟਾਈਮ ਵਗੈਰਾ ਕੋਈ ਇਸ਼ੂ ਨਹੀਂ ਹੈ ਉਹ ਲੋਕਡਾਊਨ ਕੀ ਵਜ੍ਹਾ ਸੇ ਥੋੜਾ चलो वो तो सारे बनने ही पंगा चल रहा है ठीक है क्योंकि आप जो आपकी ड्रीम जीप थी जो आप चाहते थे वो यही है प्रॉपर मतलब जो ड्रीम था उससे भी अच्छा काम अच्छा उससे भी अच्छा है क्या बात है तो अभी सबसे पहले कहाँ ट्रैवल करने वाले ये बताएं सबसे पहले मैं मनाली का प्लान ओके तो भाई एक बात और मैं आप भी वो सारे को बता दूं कि ऐसे मजा आता है चीज लेने का जब अपनी मर्जी से अपने तरीके से मॉडिफाई की जाए और भाई होनी स्पेशल जो है आप कहाँ से आए आपने बताया करनाल से करनाल से आके यहाँ पे जलंधर में मॉडिफिकेशन हो रही है बोले बहुत बड़ी बात है तो बहुत अच्छा लगा वैसे भाई लोग मेरी वीडियोस भी देखते हैं उसके लिए भी थैंक यू सो मच क्योंकि आप लोग इतना प्यार देते हैं मेरी वीडियोस को पता लगता है चलो अच्छा लगता है मेरे लिए भी तो बहुत अच्छा लगा आप लोगों से मिलके भाई मतलब आपकी भी सारी वीडियोस देखी है मैंने भी पापा ने भी सारी वीडियोस देखी थैंक यू भाई थैंक यू बहुत अच्छा लगता है जब आप लोग मिलते हो तो बहुत अच्छा है तो बाकी भाई किसी के भी कोई इंक्वायरीज है किसी के कोई किसी को कुछ गाड़ी को करवाना है नीचे नंबर्स चल रहे हैं तो ये नंबर से कॉल कर सकते हो ਤੇ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਅੰਕਲ ਤੁਸੀਂ ਕਾਲ ਕਰ ਸਕਦੇ ਹੋ ਅੰਕਲ ਸਾਰੀ ਡਿਟੇਲ ਤੁਹਾਨੂੰ ਦੇ ਦੇਣਗੇ ਕਿਉਂਕਿ ਕਈ ਵਾਰੀ ਕਿਸੇ ਹੋਰ ਟਾਈਪ ਦੀ ਕਸਟਮਾਈਜੇਸ਼ਨ ਕਿਸੇ ਨੇ ਕਰਾਉਣੀ ਹੁੰਦੀ ਉਹ ਵੀ ਹੈਗੀ ਹੈ ਅੰਕਲ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਕਿੰਨੇ ਤੋਂ ਕਿੰਨੇ ਅਵੇਲੇਬਲ ਆ ਸਾਡਾ ਐਡਰੈਸ ਕੀ ਆ ਤੇ ਇੱਕ ਨੰਬਰ ਬੋਲ ਦਿਓ 10 ਤੋਂ 7 ਵਜੇ ਤੱਕ ਓਕੇ ਸੰਡੇ ਆਫ ਹੁੰਦਾ ਓਕੇ ਤੇ ਇਹਦਾ ਐਡਰੈਸ ਕੀ ਹੈ ਤੇ ਕਿੱਥੇ ਇਹ ਹੈਗਾ ਪੰਜਾਬੀ ਬਾਗ ਰਾਓ ਵਾਲੀ ਇੰਡਸਟਰੀਅਲ ਜ਼ੋਨ ਪਠਾਨਕੋਟ ਰੋਡ ਜਲੰਧਰ ਠੀਕ ਹੈ ਬਾਕੀ ਭਾਈ ਤੁਸੀਂ ਇਹ ਗੱਡੀ ਸਾਰੀ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤਿਆਰ ਹੋਈ ਹੋਈ ਹੈ ਤੇ ਭਾਈ ਨੂੰ ਕੰਗ੍ਰੈਚੁਲੇਸ਼ਨਸ ਨਾਲ ਤੇ ਮਿਲਦੇ ਆ ਹੋਰ ਭਾਈ ਤੁਹਾਨੂੰ ਇਦਾਂ ਦੇ ਹੋਰ ਜ਼ਿਆਦਾ ਵਲੌਗ ਲੈ ਕੇ ਤੇ ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵਲੌਗ ਤੇ ਜੇ ਵਧੀਆ ਲੱਗਿਆ ਤਾਂ ਭਾਈ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰ ਦਿਓ ਤੇ ਚੈਨਲ ਜ਼ਰੂਰ ਫੋਲੋ ਕਰ ਲਿਓ ਕਿਉਂਕਿ ਇਦਾਂ ਦੀ ਕਸਟਮਾਈਜੇਸ਼ਨ ਦੇ ਵਲੌਗਸ ਮੈਂ ਪਾਉਂਦਾ ਰਹਿੰਦਾ ਤੇ ਬਾਕੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਲਈ ਦਿਆ ਕਰਨ ਦਿਆ_ਕਰਨ ਦੇ ਨਾਮ ਦੇ ਉੱਤੇ ਤੇ ਮਿਲਦੇ ਆ ਹੋਰ ਬੱਬਾਏ ਟੇਕ ਕੇਅਰ